ਅੱਜ ਬੜੀ ਖੁਸ਼ਕਿਸਮਤ ਕੜੀ ਹੈ ਔਰ ਪੰਜਾਬ ਦੇ ਪਿਲਾਕ ਦੇ ਭਾਗ ਨੇ ਕਿ ਬੜੀਆਂ ਬੜੀਆਂ ਹਸਤੀਆਂ ਸਾਡੇ ਵਿਹੜੇ ਆਈਆਂ ਨੇ ਮੈਂ ਮੁਬਾਰਕਬਾਦ ਪੇਸ਼ ਕਰਨੀ ਆ ਪੰਜਾਬ ਕਲਚਰ ਡੇ ਦੇ ਹਵਾਲੇ ਨਾਲ ਕਿਉਂਕਿ 70 ਸਾਲਾਂ ਤੋਂ ਪੰਜਾਬੀ ਬੜੀ ਕੋਸ਼ਿਸ਼ ਕਰ ਰਹੇ ਸਨ ਕਿ ਜਿਸ ਤਰ੍ਹਾਂ ਬਾਕੀ ਸੂਬਿਆਂ ਵਿੱਚ ਉਹਦੇ ਨਾਲ ਪੰਜਾਬ ਵਿੱਚ ਵੀ ਇੱਕ ਦਿਨ ਮਿੱਥਿਆ ਜਾਏ ਅਤੇ ਇਹ ਵਜ਼ਾਰਤੇ ਇਤਲਾਤੋਂ ਸਕਾਫਤ ਸਾਡੇ ਬਹੁਤ ਹੀ ਮਾਣਯੋਗ ਵਜ਼ੀਰ ਸਕਾਫਤ ਖਿਆਲ ਕਾਫਸ਼ਾਂ ਵਾਲੇ ਦਿਨ ਜਿਹੜਾ ਹੈ ਅੱਜ ਅਸੀਂ ਦੇਖਿਆ ਅਤੇ ਇਸ ਦਿਨ ਦੀ ਖਾਸ ਗਾਣਾ ਜਿਹੜਾ ਕਿ ਪਿਲਾਕ ਮਹਿਕਮਾ ਇਤਲਾਤੋਂ ਸਕਾਫਤ ਹੈ ਉਹਨੂੰ ਅੱਜ ਰਿਲੀਜ਼ ਕਰਾਂਗੇ ਔਰ ਜਿਹੜੀਆਂ ਵੱਡੀਆਂ ਆਖੀਆਂ ਨੇ ਇਹ ਸਾਡੀਆਂ ਅੱਜ ਦੀਆਂ ਚੀਫ ਗੈਸਟ ਨੇ ਕਿ 14 ਮਾਰਚ ਅੱਜ ਅਸੀਂ ਪੰਜਾਬ ਦਾ ਕਲਚਰ ਡੇ ਮਨਾਉਣ ਜਾ ਰਹੇ ਸੀ ਅਤੇ ਲੇਕਿਨ ਬਦਕਿਸਮਤੀ ਨਾਲ ਕੋਵਿਡ ਦੀ ਨਜ਼ਰ ਹੋ ਗਿਆ ਅਤੇ ਅਸੀਂ ਇਨਸ਼ਾਅੱਲਾ ਤਾਲਾ ਅੱਲਾਹ ਕੋ ਦੁਆ ਵੀ ਕਰਦੇ ਹਾਂ ਕਿ ਅੱਲਾਹ ਇਸ ਬਿਮਾਰੀ ਤੋਂ ਪੂਰੀ ਦੁਨੀਆ ਦੀ ਤੋਂ ਨਜਾਤ ਹੋਵੇ ਅਤੇ ਇਹ ਪਾਕਿਸਤਾਨ ਤੋਂ ਵੀ ਦੂਰ ਹੋਵੇ ਅਤੇ ਇਨਸ਼ਾਅੱਲਾ ਤਾਲਾ ਅਸੀਂ ਅਗਲੀ ਵਾਰੀ ਇਹਨੂੰ ਇਹਦੇ ਨਾਲ ਵੀ ਅੱਛੀ ਤਰ੍ਹਾਂ ਨਾਲ ਪੂਰੇ ਜ਼ੋਰ ਨਾਲ ਮਨਾਵਾਂਗੇ ਇਨਸ਼ਾਅੱਲਾ ਤਾਲਾ ਪੰਜਾਬ ਦਾ ਕਲਚਰ ਡੇ ਸੋਨਾ ਪੰਜਾਬ ਜ਼ਿੰਦਾਬਾਦ Thank you.